सानू नहीं पता भी असी किदा ये पंजी पंजी करके जोड़ीओ असी किदा अपने बच्चों के गल घुट के किसी औखे टाइम लिए पैसे रखे थे। पब्लिक सर्वेंट हो फिर तुसी मीडिया नूं जानकारी क्यों नहीं दे रहे हो? मीडिया वाले थानू ऑथेंटिकेट हैगा नहीं, पता कौन कौन किस हिसाब नाल करता रहे सारे रले हुआ जी। महकमा उत्ते तक महकमा रलिया जी, कल्या किसी का नहीं है काम, ये महकमा रलिया, ऑडिट वाले भी रले हुआ जी। फ्रॉड का जिहड़ा मामला हैगा आ, ये किन्ने लोगों का होया? ये घट्टो घट दी 2000 बंदे दे नाल घपला होया, और कोई 10 लाख वाला सी, कोई 3 लाख वाला सी, कोई 20 लाख वाला भी सी जिन्हां ने पैसे जमा कराए हुए सी। मामला बिलकुल सही है, मेरे खुद फादर दे नाम मलदनी 18 चो दी डेथ हो रही है, ओदे सिर उन्नी 2-2.5 लाख रुपया पाया। बंद हुई है ब्रांच, जो लोगों ने रोला पाया, FIR दर्ज हो गई है। हाँ जी हाँ जी। तो तुम उस तो पहला कुछ नहीं पता लगा? नहीं कुछ पता लगा जी। पब्लिक सर्वेंट हो फिर तुसी मीडिया नूं जानकारी क्यों नहीं दे रहे हो? मीडिया वाले थानू ऑथेंटिकेट हैगा नहीं, पता कौन किस हिसाब नाल करता रहे सर। तुसी मेरी आइडेंटिटी चेक कर सकते हो? आइडेंटिटी चेक कर सकते हैं, और मीडिया तो वालों लिखा सूचना प्रसार आंदा ना डिपार्टमेंट वालों इनफॉर्मेशन लैन वास्ते, वो तुम दस दो इनफॉर्मेशन लैनी, ਆਪਾਂ ਉਸ ਦਫ਼ਤਰ ਭੇਜੀਏ, ਉਹਦੇ ਬਾਰੇ ਸਾਨੂੰ ਆ ਜਾਂਦੀ, ਆਪਾਂ ਅੱਗੇ ਸਰਕਾਰ ਨੂੰ ਭੇਜੀਏ, ਸਰਕਾਰ ਸਾਨੂੰ ਦੱਸੇ ਤੇ ਅਸੀਂ ਆਪਾਂ ਉਸ ਹਿਸਾਬ ਨਾਲ। ਲੇਕਿਨ ਤੁਸੀਂ ਮੈਨੂੰ ਰਿਟਰਨ ਲਿਆ ਕੇ ਆਰਡਰ ਦੇਣ ਦੀ ਗੱਲ ਕਰ ਰਹੇ ਹੋ ਸਰ? ਮੈਂ ਰਿਟਰਨ ਹੋ, ਮੈਂ ਨਹੀਂ ਕਿਹਾ, ਮੈਂ ਕਿਹਾ ਮੈਨੂੰ ਜਿੰਨਾ ਤੁਸੀਂ ਜੋ ਮੰਗਿਆ ਅਸੀਂ ਰਿਟਰਨ ਤੌਰ 'ਤੇ ਆਪਾਂ ਇਜਾਜ਼ਤ ਮੰਗੀ ਉੱਪਰੋਂ ਅਤੇ ਭੇਜੀਏ, ਤੁਹਾਨੂੰ ਇਨਫੋਰਮੇਸ਼ਨ ਦੇ ਦਈਏ। ਅਤੇ ਸਰ ਰਿਟਰਨ ਕੌਣ ਲਿਆ ਕੇ ਦੇਗਾ ਤੁਹਾਨੂੰ? ਤੁਸੀਂ ਤਾਂ ਲੈ ਕੇ ਤਾਂ ਨਹੀਂ, ਹੋਰ ਜਿੰਨੇ ਵੀ ਇਨਫੋਰਮੇਸ਼ਨ ਚਾਹੀਦੀ ਹੈ। ਬਹੁਤ ਸਾਰੇ ਲੋਕ ਹੈਗੇ ਜਿਹੜੇ ਇਸ ਸੁਸਾਇਟੀ ਨਾਲ ਜੁੜੇ ਹੋਏ ਆ, ਔਰ ਉਹਨਾਂ ਦੇ ਨਾਲ ਉਹਨਾਂ ਦਾ ਜਿਹੜੀ ਹਾਰਡ ਅਰਨਿੰਗ ਮਨੀ ਹੈ ਬਹੁਤ ਉਹਨਾਂ ਨੇ ਇਕੱਠੀ ਕਰਕੇ ਸੁਸਾਇਟੀ ਜਮ੍ਹਾਂ ਕਰਾਈ ਸੀਗੀ, ਉਹਦਾ ਲੋਸ ਹੋਇਆ ਉਹਨਾਂ ਨੂੰ, ਔਰ ਉਮੀਦ ਆ ਵੀ ਉਹ ਉਹਨਾਂ ਨੂੰ ਉਹ ਪੈਸੇ ਵੀ ਜਿਹੜੇ ਹੈਗੇ ਹੈ ਉਹ ਕੋਰਟ ਦੇ ਥਰੂ ਔਰ ਜਾਂ ਇਹ ਡਿਪਾਰਟਮੈਂਟ ਦੇ ਥਰੂ ਉਹਨਾਂ ਪਬਲਿਕ ਨੂੰ ਵੀ ਮਿਲਣੇ ਚਾਹੀਦੇ ਹੈਗੇ ਆ, ਕਿਉਂਕਿ ਉਹਨਾਂ ਨੇ ਪੈਸੇ ਜਿਹੜੇ ਉਹ ਜਮ੍ਹਾਂ ਕਰਾਏ ਸੀਗੇ, ਕੁਛ ਲੋਨਸ ਹੈਗੇ ਆ, ਔਰ ਕਾਫੀ ਲੰਬੀ ਚੌੜੀ ਇਹਦੀ ਇਨਵੈਸਟੀਗੇਸ਼ਨ ਹੈਗੀ ਆ, ਔਰ ਉਮੀਦ ਹੈਗੀ ਵੀ ਸਾਨੂੰ ਜਦੋਂ ਉਹ ਰਿਪੋਰਟ ਉਹਨਾਂ ਦੀ ਆ ਜਾਂਦੀ ਆ ਤਾਂ ਉਦੋਂ ਬਾਅਦ ਅਸੀਂ ਫਰਦਰ ਇਨਵੈਸਟੀਗੇਸ਼ਨ ਕੰਟੀਨਿਊਸ। ਘਪਲਾ ਹੋਇਆ ਔਰ ਕੋਈ 10 ਲੱਖ ਵਾਲਾ ਸੀ, ਕੋਈ 3 ਲੱਖ ਵਾਲਾ ਸੀ, ਕੋਈ 20 ਲੱਖ ਵਾਲਾ ਵੀ ਸੀ ਜਿਨ੍ਹਾਂ ਨੇ ਪੈਸੇ ਜਮ੍ਹਾਂ ਕਰਾਏ ਹੋਏ ਸੀਗੇ। ਮੈਡਮ ਨੇ ਇਹ ਕਿਹਾ ਹੈਗਾ ਕਿ ਕਿਆ ਹੋਵੇਗਾ ਕਿ ਇਹ ਜਿਹੜੇ ਉਸ ਸਮੇਂ ਦੇ ਜਿਹੜੇ ਇੰਸਪੈਕਟਰ ਆ ਉਹਨਾਂ ਦੇ ਖਿਲਾਫ਼ ਡਿਪਾਰਟਮੈਂਟਲ ਐਕਸ਼ਨ ਆਰੰਭਿਆ? ਅਸਲ 'ਚ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਕਿ ਕਮਲ ਜੀ ਇਸ ਟਾਈਮ ਵੀ ਪੋਸਟਡ ਨੇ ਜਲੰਧਰ ਦੇ ਵਿੱਚ ਹੀ, ਉਹਨਾਂ ਦੇ ਖਿਲਾਫ਼ ਡਿਪਾਰਟਮੈਂਟਲ ਐਕਸ਼ਨ ਚੱਲ ਰਿਹਾ, ਕੋਈ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ, ਉਹਨਾਂ ਦੇ ਖਿਲਾਫ਼ ਕਾਰਵਾਈ ਜਿਹੜੀ ਆ ਸਿਰਫ ਇਹੀ ਹੋ ਰਹੀ ਕਿ ਉਹਨਾਂ ਨੇ ਉਹਨਾਂ ਦਾ ਰੋਲ ਜੋ ਸੀਗਾ ਉਹਨਾਂ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਈ ਜਾਂ ਨਹੀਂ ਨਿਭਾਈ ਉਹ ਉਹਨਾਂ ਨੂੰ ਪੁੱਛਿਆ ਜਾ ਰਿਹਾ। ਅਤੇ ਉਹਦੇ ਸਾਡੇ ਕੋਲ ਇਹ ਆ ਜਿਹੜੀ ਰਿਪੋਰਟਾਂ ਨੇ ਉਹ ਸਾਡੇ ਕੋਲ ਨੇ, ਜਦੋਂ ਉੱਚਾ ਸੁਸਾਇਟੀ ਦੀ ਰਿਪੋਰਟ ਬਣਾਈ ਉਹਨਾਂ ਨੇ ਉਹ ਸਾਡੇ ਕੋਲ ਨੇ, ਉਹ ਕਹਿ ਰਹੇ ਅਗਰ ਮੈਂ ਸਕੈਮ ਕੀਤਾ ਹੁੰਦਾ ਤਾਂ ਮੈਂ ਰਿਪੋਰਟ ਕਿਉਂ ਬਣਾਉਂਦਾ? ਸਰ ਅਸਲ ਦੇ ਵਿੱਚ ਇਹ ਜਿਹੜਾ ਇਸ਼ੂ ਅਸੀਂ ਦੋਨੋਂ ਡਿਸਕਸ ਕਰ ਰਹੇ ਹਾਂ, ਇਹ ਕਮਲ ਜੀ ਨੂੰ ਸਵਾਲ ਜਿਹੜਾ ਆ ਇਹ ਮਾਨਯੋਗ FCC ਆਫਿਸ ਵੱਲੋਂ ਜਿਹੜਾ ਪੁੱਛਿਆ ਗਿਆ, ਇਹਨਾਂ ਦਾ ਜਵਾਬ ਇਹਨਾਂ ਨੇ ਉਹਨਾਂ ਨੂੰ ਦੇਣਾ ਹੈ, ਅਤੇ ਇਹਦੇ ਬਾਰੇ ਫੈਸਲਾ, ਅੰਤਰਿਮ ਫੈਸਲਾ ਜਿਹੜਾ ਉਹਨਾਂ ਵੱਲੋਂ ਹੀ ਕੀਤਾ ਜਾਵੇ। ਸਰ ਕਮਲ ਇੰਸਪੈਕਟਰ ਦਾ ਕਹਿਣਾ ਆ ਕਿ ਜਿਹੜਾ ਸਾਡੇ 'ਤੇ ਕੰਮ ਦਾ ਬਰਡਨ ਆ, ਸਾਡੇ ਇੱਕ ਇੱਕ ਬੰਦੇ ਕੋਲ 300-350 ਸੁਸਾਇਟੀਜ਼ ਹੈਗੀਆਂ, ਜਿਹਦੇ ਕਰਕੇ ਅਸੀਂ ਚੰਗੀ ਤਰ੍ਹਾਂ ਉਹਦੀ ਦੇਖ ਰੇਖ ਨਹੀਂ ਕਰ ਪਾਉਂਦੇ। ਸਰ ਇਹ ਜੋ ਵੀ ਇਹਦੇ ਬਾਰੇ ਜਵਾਬ ਹੈਗਾ ਉਹਨਾਂ ਦਾ, ਜੇ ਉਹਨਾਂ ਕੋਲ ਕੰਮ ਦਾ ਬਰਡਨ ਜ਼ਿਆਦਾ ਹੈਗਾ, ਇੰਸਪੈਕਟਰ ਦੀ ਮੈਂ ਇਹ ਕਹਿਣਾ ਚਾਹੁੰਦਾ ਜੀ ਉਹ ਵੀ ਕੰਮ ਦਾ ਬਰਡਨ ਉਹਨਾਂ ਕੋਲ ਹੈਗਾ ਆ ਜਾਂ ਜੋ ਇੱਦਾਂ ਦੀ ਵੀ ਹੈਗੀ ਆ, ਇਹ ਸਾਰਾ ਉਹ ਜਵਾਬ ਦੇਣਗੇ। ਇਹਦੇ 'ਤੇ ਜੋ ਵੀ ਆ ਵਿਚਾਰ ਜਿਹੜਾ ਉਹ ਮੁੱਖ ਦਫ਼ਤਰ ਦੇ ਪੱਧਰ 'ਤੇ ਕੀਤਾ ਜਾਣਾ ਹੈ। ਪਰ ਸਰ ਅਗਰ ਇਹ ਦੋਸ਼ੀ ਪਾਏ ਜਾਂਦੇ ਆ ਜੀ ਅਤੇ ਇਹਨਾਂ ਦੀਆਂ ਪ੍ਰੋਪਰਟੀਜ਼ ਵੀ ਪਲਾਜ਼ੋ ਹੋਣਗੀਆਂ, ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਜੀ ਕਿ ਜਿਹੜੀ ਪਨਿਸ਼ਿੰਗ ਅਥਾਰਟੀ ਆ ਉਹ ਅਪੋਇੰਟਿੰਗ ਅਥਾਰਟੀ ਹੁੰਦੀ ਹੈ, ਤਾਂ ਜਿਹੜਾ ਇਹਨਾਂ ਨੂੰ ਜਿਹੜੇ ਇਹਦੇ ਬਾਰੇ ਕੋਈ ਵੀ ਫੈਸਲੇ 'ਤੇ ਮੇਰਾ ਟਿੱਪਣੀ ਕਰਨਾ ਵਾਜਬ ਨਹੀਂ। ਪਰ ਜਿਨ੍ਹਾਂ ਦੇ ਮਾਮਲੇ ਦਰਜ ਹੋ ਚੁੱਕੇ ਨੇ, ਠੀਕ ਹੈ, ਆਰੋਪੀ ਵੀ ਸਾਬਤ ਹੋ ਚੁੱਕੇ ਨੇ ਕਾਨੂੰਨ ਵੱਲੋਂ, ਉਹਨਾਂ ਦੀ ਪ੍ਰੋਪਰਟੀਆਂ ਵੀ ਹਜੇ ਪਲੱਸ ਨਹੀਂ ਕੀਤੀਆਂ ਗਈਆਂ, ਕੀ ਕਾਰਨ ਹੈ ਉਹਦਾ? ਕਿਹਨਾਂ ਦੀ ਗੱਲ ਕਰ ਰਹੇ ਜੀ? ਸਰ ਨਗੇਸ਼, ਸੁਰੇਸ਼। ਸਰ ਇਹਨਾਂ ਦੇ ਬਾਰੇ ਹਲੇ ਵੀ ਸਿਵਲ ਕੋਰਟ ਦਾ ਜਦੋਂ ਕੋਈ ਫੈਸਲਾ ਆਵੇਗਾ ਉਹਦੇ ਆਧਾਰ 'ਤੇ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਰਜਿਸਟਰ ਦਿੱਤਾ ਤਾਂ ਤੁਸੀਂ ਦੇਖਿਆ ਕਿ ਪਿਛਲਾ ਰਜਿਸਟਰਡ ਕਲੀਅਰ ਆ? ਨਹੀਂ, ਕਲੀਅਰੈਂਸ ਸਰਟੀਫਿਕੇਟ, ਕਲੀਅਰੈਂਸ ਦਿੰਦੇ ਨਾ ਤਾਂ ਹੀ ਤਾਂ ਤੁਸੀਂ ਚਾਰਜ ਲਿਆ।
लेकिन बाद जो बंद हुई है ब्रांच जो लोग ने रोला पाया एफ आई आर दर्ज हो गई है हाँ जी हाँ जी ते तानु उस तो पहला कुछ नहीं पता लगा नहीं कुछ पता लगा जी ए जो दौड़ गया ना जो अपना सैकटरी आ दौड़ गया बिचो ते नहीं एक प्रधान जेड़ा वो भी एक सकत्तर हुंदा हैगा है जॉइंट सैकटरी जिन्हों कहिंदे आपां हाँ जी हाँ जी ते उन्हां नाल तुसीं गलबात नहीं कीती उन्हां ने की किया तुहानूं नहीं नहीं उन्हां दी गलबात नाल हुंदी रहिंदी सी मीटिंगां हुंदियां रहिंदियां सी हाँ हाँ हुण क्योंकि पिछला सानूं कुछ नहीं पता सी वी की आ पिछला हिसाब किताब असीं तां मौजूदा ही देखणा सी साडे टाइम ते 20 लाख दे लगभग जाणी सी जिहड़ा पैसा कमेटी किवें बनाई जांदी है इह हाँ जी कमेटी की सरबसम्मती नाल पिंड दे जिहड़े है ना कमेटी मैंबर हुंदे आ मैंबर जिहड़े आ ਉਹ ਕਮੇਟੀ ਮੈਂਬਰ ਸੁਣਦੇ ਕੈਸ਼ੀਅਰ ਕੌਣ ਸੀ ਹਾਂਜੀ ਕੈਸ਼ੀਅਰ ਕੈਸ਼ੀਅਰ ਤਾਂ ਉਹੀ ਸੀ ਕੌਣ ਸਤਪਾਲ ਤੇ ਇੱਕ ਜਿਹੜਾ ਸੇਲਸਮੈਨ ਸੀ ਉਹ ਕੌਣ ਸੀ ਉਹ ਸੀਗਾ ਰਾਜੂ ਰਾਜਕੁਮਾਰ ਤੇ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਜਾਂ ਜਿਹੜੇ ਇੰਸਪੈਕਟਰ ਆਉਂਦੇ ਉਹਨਾਂ ਨਾਲ ਅਗਰ ਇਹ ਤੁਹਾਨੂੰ ਹਿਸਾਬ ਨਹੀਂ ਦੇ ਰਹੇ ਤੁਸੀਂ ਬੈਂਕ ਗੱਲ ਕਿਉਂ ਨਹੀਂ ਕਰਦੇ ਸੀ ਨਹੀਂ ਅਸੀਂ ਤਾਂ ਉਹਨਾਂ ਨੇ ਕਿਹਾ ਸੀ ਇੰਸਪੈਕਟਰ ਨੂੰ ਵੀ ਬਹੁਤ ਵਾਰੀ ਕਹਿ ਚੁੱਕੇ ਹਾਂ ਨਹੀਂ ਤੁਸੀਂ ਬੈਂਕ ਗੱਲਬਾਤ ਕਰੋ ਜਾਨੂੰ ਉਹ ਦੌੜੇ ਗਿਆ ਵਿੱਚੋਂ ਤੇ ਬੈਂਕ ਨਾਲ ਰਾਸਤਾ ਕਿਉਂ ਨਹੀਂ ਕੀਤਾ ਬੈਂਕ ਨਾਲ ਤਾਂ ਕੀਤਾ ਸੀ ਉੱਥੇ ਮੂਹਰੇ ਹੈ ਹੀ ਨਹੀਂ ਸੀ ਉਹਨਾਂ ਕੁਛ ਕਿਹੜੇ ਬੈਂਕ ਬੈਂਕ ਆਪਣੀ ਪਤਾਰੇ ਜੀ ਪਤਾਰੇ ਨਾਲ ਹੈ ਨਾ ਕੋਪਰੇਟਿਵ ਬੈਂਕ ਲੱਗੀ ਹਾਂਜੀ ਉਹਨਾਂ ਨੇ ਕੀਤਾ ਸੀ ਰਾਬਤਾ ਕਾਇਮ ਜਦੋਂ ਕੀਤਾ ਤਾਂ ਉੱਥੇ ਦੇਖਿਆ ਤਾਂ ਹੈ ਹੀ 3-4 ਹਜ਼ਾਰ ਰੁਪਈਆ ਸੀ ਸਿਰਫ ਬੈਲੈਂਸ ਅੱਛਾ ਹਾਂਜੀ ਉਹ ਕਹਿੰਦੇ ਸਾਨੂੰ ਕੁਛ ਪਤਾ ਹੀ ਨਹੀਂ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਇਨਵੋਲਵਮੈਂਟ ਬੈਂਕ ਦੀ ਵੀ ਹੈ ਸਾਰੇ ਰਲੇ ਹੋਆ ਜੀ ਮਹਿਕਮਾ ਉੱਤੇ ਤੱਕ ਮਹਿਕਮਾ ਰਲਿਆ ਜੀ ਇਕੱਲਿਆ ਕਿਸੇ ਦਾ ਨਹੀਂ ਹੈਗਾ ਕੰਮ ਇਹ ਇਹ ਮਹਿਕਮਾ ਰਲਿਆ ਆਡਿਟ ਵਾਲੇ ਵੀ ਰਲੇ ਹੋਆ ਜੀ ਫਰੋਡ ਦਾ ਜਿਹੜਾ ਮਾਮਲਾ ਹੈਗਾ ਆ ਇਹ ਕਿੰਨੇ ਲੋਕਾਂ ਨਾਲ ਹੋਇਆ ਇਹ ਘੱਟੋ ਘੱਟ ਦੀ 2000 ਬੰਦੇ ਦੇ ਨਾਲ ਹੋਇਆ ਲੋਕ ਆਮ ਜਿਹੜੇ ਸੀਗੇ ਉਹ ਬੈਂਕਾਂ ਨੂੰ ਪੈਸੇ ਦੇ ਨੂੰ ਜਮ੍ਹਾਂ ਸਤਪਾਲ ਸੈਕਟਰੀ ਜਿਹੜਾ ਉਹਨੂੰ ਜਮ੍ਹਾਂ ਕਰਾਉਂਦੇ ਰਹੇ ਨਾ ਲੋਕਾਂ ਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਵੀ ਸਤਪਾਲ ਨੇ ਪੈਸੇ ਬੈਂਕ 'ਚ ਕਿਸੇ 'ਚ ਜਮ੍ਹਾਂ ਕਰਾਏ ਜਾਂ ਨਹੀਂ ਕਰਾਏ ਉਹਨੂੰ ਭੋਲ ਜਿੱਦਾਂ ਜਿੰਨੀ ਕੁ ਸਮਝ ਸੀ ਲੋਕਾਂ ਦੀ ਇਸ ਕਰਕੇ ਜੋ ਲੋਕਾਂ ਦਾ ਠੱਗੀ ਠੋਰੀ ਮਾਰੀ 420 ਬੈਂਕ ਨਾਲ ਵੀ ਕੀਤੀ ਇਹਨੇ ਮਾਮਲਾ ਬਿਲਕੁਲ ਸਹੀ ਆ ਮੇਰੇ ਖੁਦ ਫਾਦਰ ਦੇ ਨਾਂ ਮਲਦਣੀ 18 'ਚ ਉਹਦੀ ਡੈਥ ਹੋ ਰਹੀ ਆ ਉਹਦੇ ਸਿਰ ਉਹਨੇ 2-2.5 ਲੱਖ ਰੁਪਇਆ ਪਾਇਆ ਤੇ ਉਹਨਾਂ ਦੇ ਕੋਈ ਤੁਹਾਡੇ ਕੋਲ ਹੈ ਕਾਗਜ਼ ਪੱਤਰ ਕੇ ਤੁਹਾਡੇ ਫਾਦਰ ਦੇ ਜਿਹੜਾ ਕੀਤਾ ਇਸ ਤਰ੍ਹਾਂ ਕਾਗਜ਼ ਪੱਤਰ ਇਹਨਾਂ ਦਾ ਲੋਨ ਤਾਂ ਹੀ ਨਹੀਂ ਬੈਂਕ 'ਚ ਸੱਦਿਆ ਜਿਹੜਾ ਨਵਾਂ ਸਟਾਫ ਸ਼ਹਿਰੋਂ ਆ ਭੇਜਿਆ ਬੈਂਕ ਵਾਲਿਆਂ ਨੇ ਮੇਨ ਬ੍ਰਾਂਚ ਵਾਲਿਆਂ ਨੇ ਜੀ ਤੇ ਬ੍ਰਾਂਚ ਕਿਉਂ ਬੰਦ ਕੀਤੀ ਗਈ ਹੈ ਪੁੱਛਿਆ ਨਹੀਂ ਬੈਂਕ ਵਾਲਿਆਂ ਨੂੰ ਕਿ ਬ੍ਰਾਂਚ ਕਿਉਂ ਬੰਦ ਕੀਤੀ ਗਈ ਹੈ ਬੈਂਕ ਬ੍ਰਾਂਚ ਤਾਂ ਇਸ ਕਰਕੇ ਬੰਦ ਹੋਈ ਆਮ ਪਬਲਿਕ ਕਹਿੰਦੀ ਆ ਵੀ ਸਤਪਾਲ ਜਾਂ ਸਾਡੇ ਪੈਸੇ ਦੇ ਦੇਵੇ ਸੈਕਟਰੀ ਜਾਂ ਜਿਹੜਾ ਕੋਈ ਨਵਾਂ ਸਟਾਫ ਆਉਂਦਾ ਉਹ ਜ਼ਿੰਮੇਵਾਰੀ ਲਵੇ ਵੀ ਹਾਂ ਵੀ ਅਸੀਂ ਤੁਹਾਡੇ ਪੈਸੇ ਦੀ ਜ਼ਿੰਮੇਵਾਰੀ ਲੈਂਦੇ ਹਾਂ ਅਸੀਂ ਤੁਹਾਨੂੰ ਦੇਵਾਂਗੇ ਅਤੇ ਵੀ ਸਾਡੇ ਵੱਲੋਂ ਭਾਵੇਂ ਕੱਲ੍ਹ ਨੂੰ ਸਟੱਡੀ ਖੋਲ੍ਹ ਲਵੇ ਬੈਂਕ ਦੇ ਅਧਿਕਾਰੀ ਨਾਲ ਮਿਲੇ ਉਹਨਾਂ ਦਾ ਕੀ ਕਹਿਣਾ ਉਹਨਾਂ ਦੇ ਅਧਿਕਾਰੀਆਂ ਦਾ ਕਹਿਣਾ ਇਹ ਹੁੰਦਾ ਸੀ ਵੀ ਤੁਹਾਡੇ ਪੈਸੇ ਜਿਹੜੇ ਮਿਲਣਗੇ ਸਾਨੂੰ ਨਹੀਂ ਪਤਾ ਵੀ ਅਸੀਂ ਕਿੱਦਾਂ ਇਹ 25-25 ਕਰਕੇ ਜੋੜੀਓ ਅਸੀਂ ਕਿੱਦਾਂ ਆਪਣੇ ਬੱਚਿਆਂ ਦੇ ਗਲ ਘੁੱਟ ਕੇ ਕਿਸੇ ਔਖੇ ਟਾਈਮ ਲਈ ਪੈਸੇ ਰੱਖੇ ਸੀ ਜਿਹੜਾ ਉੱਚਾ ਸੋਸਾਇਟੀ ਦੇ ਵਿੱਚ ਸ਼੍ਰੀ ਸਤਪਾਲ ਸਿੰਘ ਵੱਲੋਂ ਜਿਹੜਾ ਸੀ ਗਵਰਨ ਕੀਤਾ ਗਿਆ ਸੀਗਾ 17 ਕਰੋੜ ਦਾ 14 ਕਰੋੜ ਐਂਬੈਜ਼ਲਮੈਂਟ ਸੀ ਅਤੇ 2 ਕਰੋੜ ਸਮਥਿੰਗ ਸੀਗਾ ਕੁੱਲ ਮਿਲਾ ਕੇ 16 ਕਰੋੜ ਦਾ ਸੀਗਾ ਐਂਬੈਜ਼ਲਮੈਂਟ ਉਹਦੇ ਵਿੱਚ ਇਹਨੂੰ ਐੱਫ ਆਈ ਆਰ ਹੋਈ ਇਹਦੇ ਇਹ ਦੋਸ਼ ਵੀ 3 ਸਾਲ ਦੀ ਸਜ਼ਾ ਵੀ ਕੱਟ ਚੁੱਕਾ ਸੀਗਾ ਅਤੇ ਇਹਦੇ ਵਿੱਚ ਇਹਨੂੰ ਡਿਸਮਿਸ ਵੀ ਕੀਤਾ ਜਾ ਚੁੱਕਾ ਮੈਨੇਜਰ ਕਮੇਟੀ ਨੂੰ ਰਿਮੂਵ ਕੀਤਾ ਜਾ ਰਿਹਾ ਬਾਕੀ ਲੀਗਲ ਐਕਸ਼ਨ ਸਾਡੇ ਵੱਲੋਂ ਪੂਰਾ ਮੁਕੰਮਲ ਆ ਆਪਾਂ ਕਮੇਟੀ ਦੀ ਜਿਹੜੀ ਸਸਪੈਂਡ ਕਰਕੇ ਪ੍ਰਸ਼ਾਸਕ ਲਗਾ ਦਿੱਤਾ ਗਿਆ ਅਤੇ ਇਹਨਾਂ ਦੀਆਂ ਜਿਹੜੀਆਂ ਆ ਮਿਸਲਾਂ ਜਿਹੜੀਆਂ ਤਿਆਰ ਕਰਕੇ ਅਤੇ ਮਿਸਲਾਂ 'ਤੇ ਕਾਰਵਾਈ ਜਿਹੜੀ ਆ ਜਾਰੀ ਆ ਬਾਕੀ ਸਾਡੇ ਆਫਿਸ ਵੱਲੋਂ ਜਿਹੜਾ ਆ ਉੱਚਾ ਪਿੰਡ ਦੇ ਨਾਲ ਆ ਪੂਰਾ ਲੀਗਲ ਪ੍ਰੋਸੈਸ ਜਿਹੜਾ ਆ ਸਟਾਰਟ ਹੈ ਅਤੇ ਕੋਈ ਆਪਣੇ ਵੱਲੋਂ ਸਾਡੇ ਕੋਈ ਵੀ ਢਿੱਲ ਹੈ ਨਹੀਂ ਵਰਤੀ ਜਾ ਰਹੀ ਹੈ ਅਤੇ ਆਪਾਂ ਪੂਰੀ ਤੋਂ ਪੂਰੀ ਕਾਰਵਾਈ ਕਰਾਂਗੇ ਇਹਦੇ 'ਤੇ ਜੋ ਵੀ ਹੈਗਾ ਆ